ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆ ਐਮਰਜੈਂਸੀ ਲਾਈਵ ਬ੍ਰੌਡਕਾਸਟ ਕਰ ਰਹੇ ਹਾਂ ਕਿਉਂਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੱਜ ਲਾਹੌਰ ਪੰਜਾਬ ਉੱਤੇ ਹਮਲਾ ਹੋਇਆ ਅਤੇ ਸਾਡੇ ਪੰਜਾਬ ਦੇ ਸਾਡੇ ਭੈਣ ਭਰਾ ਬੱਚੇ ਉਹ ਜੋ ਕਿ ਪਾਰਕ ਵਿੱਚ ਜੱਸੂ ਸਤਿਕਾਰਯੋਗ ਜੀ ਜੱਸੂ ਹੋਣਾ ਦਾ ਜਨਮਦਿਨ ਈਸਟਰ ਦੇ ਮਨਾ ਰਹੇ ਸਨ ਉਹਨਾਂ ਉੱਤੇ ਜੋ ਹਮਲਾ ਹੋਇਆ ਵਿੱਚੋਂ ਬਹੁਤ ਨਿਰਦੋਸ਼ਾਂ ਦੀਆਂ ਜਾਨਾਂ ਚਲੇ ਗਈਆਂ ਅਤੇ ਕੁਝ 300 ਦੇ ਕਰੀਬ ਉੱਥੇ ਫੱਟੜ ਹੋਏ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਅਤੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਇੱਧਰਲੇ ਪੰਜਾਬ ਦੇ ਅੰਦਰ ਜਾਂ ਦੂਜੇ ਪੰਜਾਬ ਦੇ ਅੰਦਰ ਅਸੀਂ ਉਹਨਾਂ ਨੂੰ ਇੱਕ ਹੋਣ ਦੀ ਇਕੱਠੇ ਹੋ ਕੇ ਇਸ ਲੋਕਾਂ 'ਤੇ ਜਿਹੜੇ ਇਸ ਅੱਤਵਾਦੀ ਹਮਲੇ ਮਗਰ ਨੇ ਉਹਨਾਂ ਦੇ ਖਿਲਾਫ ਲੜਨ ਲਈ ਇਕੱਠੇ ਹੋ ਕੇ ਲੜਨ ਲਈ ਬੇਨਤੀ ਕਰਦੇ ਆ। ਮੈਂ ਬੇਨਤੀ ਕਰਾਂ ਸੰਗਤਾਂ ਦੇ ਚਰਨਾਂ ਵਿੱਚ, ਪੰਜਾਬ ਜੋ ਹੈ ਉਹ ਹਮੇਸ਼ਾ ਹੀ ਪਿਆਰ ਸਤਿਕਾਰ ਅਤੇ ਮਨੁੱਖਤਾ ਦਾ ਇੱਕ ਐਸਾ ਸੂਮਾ ਹੈ ਜਿਸ ਦੀ ਮਿਸਾਲ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲ ਸਕਦੀ। ਇਹ ਇੱਕ ਐਸੀ ਜਗ੍ਹਾ ਹੈ ਜਿੱਥੇ ਹਮੇਸ਼ਾ ਤਾਂ ਇਹੀ ਪਲੂਰਲਿਸਟਿਕ ਸੁਸਾਇਟੀ ਰਹੀ ਹੈ। ਭਲਾ ਇੱਧਰਲੇ ਪੰਜਾਬ 'ਚ ਦੇਖ ਲਓ, ਭਲਾ ਉੱਧਰਲੇ ਪੰਜਾਬ 'ਚ ਦੇਖ ਲਓ, ਅਤੇ ਇਹ ਜੋ ਹਮਲਾ ਹੈ ਇਹ ਹਮਲਾ ਪੰਜਾਬ ਦੀ ਵਿਚਾਰਧਾਰਾ ਉੱਤੇ ਹਮਲਾ। ਮੈਂ ਬੇਨਤੀ ਕਰਾਂ, ਆਪਾਂ ਜਾਣਦੇ ਹਾਂ ਇਹ ਲੋਕ ਜੋ ਪੰਜਾਬ ਦੀ ਸਾਂਝੀ ਵਾਰਤਾ ਦੀ, ਜੋ ਪੰਜਾਬ ਦੀ ਇੱਕੋ ਇੱਕ ਸੂਫੀ ਫਿਲੋਸਫੀ ਹੈ ਜੋ ਕਿ ਮਨੁੱਖਤਾ ਨੂੰ ਇੱਕ ਕਰਕੇ ਜਾਣਦੀ ਹੈ, ਇਹ ਜੋ ਹਮਲਾ ਉਸ ਦੇ ਉੱਪਰ ਹੈ। ਅੱਜ ਜੋ ਸਾਡੇ ਕ੍ਰਿਸਚਨ ਭੈਣ ਭਰਾ ਆਪਣਾ ਤਿਉਹਾਰ ਮਨਾ ਰਹੇ ਸੀ ਲਾਹੌਰ ਦੇ ਪਾਰਕ ਦੇ ਅੰਦਰ, ਉਹਨਾਂ ਉੱਤੇ ਆ ਜਿਹੜੇ ਸਲਾਫੀ ਅਤੇ ਵਹਾਬੀ ਆ ਫਿਰਕਾ ਪ੍ਰਸਤ ਅੱਤਵਾਦੀ ਮਨੁੱਖਤਾ ਦੇ ਦੁਸ਼ਮਣ ਸਾਊਦੀ ਅਰੇਬੀਆ ਅਤੇ ਕਟਰ ਅਤੇ ਇੰਡੀਅਨ ਗੌਰਮੈਂਟ ਦੀ ਰਲੀ ਮਿਲੀ ਸਾਜਿਸ਼ ਅਧੀਨ ਹੋਇਆ ਹੈ। ਸਭ ਤੋਂ ਪਹਿਲਾਂ ਸਾਨੂੰ ਐਜ਼ ਏ ਪੰਜਾਬ ਸਾਨੂੰ ਇਕੱਠੇ ਹੋ ਕੇ ਸਮਝਣ ਦੀ ਲੋੜ ਹੈ ਕਿ ਇਹ ਜੋ ਹਮਲਾ ਕਿਸੇ ਇੱਕ ਫਿਰਕੇ ਜਾਂ ਕਿਸੇ ਇੱਕ ਕਮਿਊਨਿਟੀ 'ਤੇ ਨਹੀਂ ਹੋਇਆ। ਇਹ ਜੋ ਹਮਲਾ ਹੋਇਆ ਇਹ ਪੰਜਾਬ ਦੀ ਮੁੱਢਲੀ ਵਿਚਾਰਧਾਰਾ 'ਤੇ ਹੋਇਆ ਜੋ ਮਨੁੱਖਤਾ ਨੂੰ ਇੱਕ ਮੰਨਦਾ ਅਤੇ ਜੋ ਗੁਰਮਤਿ ਦਾ ਫਰਮਾਨ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸੰਬੰਧੇ ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋਲ ਮੰਦੇ, ਇਹ ਉਸ ਵਿਚਾਰਧਾਰਾ ਦੇ ਉੱਤੇ ਹਮਲਾ ਹੋਇਆ। ਅੱਜ ਸਾਨੂੰ ਲੋੜ ਹੈ, ਸਾਨੂੰ ਇਸ ਵਿਚਾਰ ਨੂੰ ਸਮਝਣ ਦੀ ਲੋੜ ਹੈ। ਇਹ ਲੋਕ ਅੱਤਵਾਦੀ ਮਨੁੱਖਤਾ ਦੇ ਦੁਸ਼ਮਣ ਇਹ ਉਸ ਵਿਚਾਰਧਾਰਾ ਨੂੰ ਤੋੜ ਕੇ ਪੰਜਾਬ ਦੇ ਅੰਦਰ ਫਿਰਕਾ ਪ੍ਰਸਤੀ ਲਿਆਉਣਾ ਚਾਹੁੰਦੇ ਨੇ। ਮੈਂ ਬੇਨਤੀ ਕਰਾਂ ਜੋ ਵਹਾਬੀ ਅਤੇ ਸਲਾਫੀ ਵਿਚਾਰਧਾਰਾ ਹੈ ਇਹਨੂੰ ਜੇ ਅਸੀਂ ਸਮਝਣਾ ਚਾਹੁੰਦੇ ਹਾਂ, ਹਮੇਸ਼ਾ ਤੋਂ ਹੀ ਇਹ ਜਿਹੜੀ ਸੂਫੀ ਫਿਲੋਸਫੀ ਉਹਦੇ 'ਤੇ ਹਮਲਾ ਕਰ ਰਹੀ ਹੈ। ਕਿਸੇ ਵੀ ਜਗ੍ਹਾ 'ਤੇ ਦੇਖ ਲਿਆ ਜਾਵੇ, ਸੀਰੀਆ, ਇਰਾਕ, ਇਰਾਨ, ਹੋਰ ਵੀ ਜਿੰਨੇ ਦੇਸ਼ ਨੇ, ਇਹਨਾਂ ਨੇ ਹਮੇਸ਼ਾ ਜਿਹੜੇ ਸੂਫੀ ਵਿਚਾਰਧਾਰਾ ਨਾਲ ਸਹਿਮਤ ਨੇ ਉਹਨਾਂ 'ਤੇ ਹਮਲਾ ਕੀਤਾ। ਅਸਲ ਇਹ ਜੋ ਸਲਾਫੀ ਇਹ ਜਿਹੜੀ ਵਿਚਾਰਧਾਰਾ ਹੈ ਇਹ ਅਰਬ ਫੈਸ਼ਿਜ਼ਮ ਹੈ,
ਜੋ ਕਿ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਨੂੰ ਇੱਕ ਐਜ਼ ਏ ਕਵਰ ਯੂਜ਼ ਕਰਕੇ ਲੋਕਾਂ ਦੇ ਉੱਤੇ ਆਪਣਾ ਫਿਰਕਾ ਪ੍ਰਸਤੀ ਥੋਪਣਾ ਚਾਹੁੰਦੇ ਨੇ। ਸਾਨੂੰ ਇਹਨਾਂ ਲੋਕਾਂ ਦੀ ਪਛਾਣਨ ਦੀ ਲੋੜ ਹੈ। ਇਹ ਇੱਕ ਫੇਲਡ ਮਨੁੱਖਤਾ ਵਿਰੋਧੀ ਵਿਚਾਰਧਾਰਾ ਹੈ ਜਿਸ ਦੇ ਨਾਲ ਸਾਨੂੰ ਇਕੱਠਿਆਂ ਹੋ ਕੇ ਲੜਨ ਨੂੰ ਦੀ ਲੋੜ ਹੈ ਅਤੇ ਸਾਹਮਣਾ ਸਿਆਸੀ ਤੌਰ 'ਤੇ ਕਰਨ ਦੀ ਲੋੜ ਹੈ। ਅੱਜ ਫਿਰ ਮੈਂ ਬੇਨਤੀ ਕਰੂੰਗਾ ਕਿ ਇਹ ਜੋ ਹਮਲਾ ਹੈ ਕਿਸੇ ਇੱਕ ਫਿਰਕੇ ਜਾਂ ਕਿਸੇ ਇੱਕ ਕਮਿਊਨਿਟੀ 'ਤੇ ਨਹੀਂ, ਇਹ ਹਮਲਾ ਪੰਜਾਬ ਦੀ ਵਿਚਾਰਧਾਰਾ 'ਤੇ ਹੋਇਆ ਅਤੇ ਸਾਨੂੰ ਇਕੱਠੇ ਹੋ ਕੇ ਇਸ ਫਿਰਕਾ ਪ੍ਰਸਤੀ ਦੇ ਖਿਲਾਫ ਲੜਨ ਦੀ ਲੋੜ ਹੈ। ਇੰਨੀ ਬੇਨਤੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।